ਸੱਚੀ ਕਾਰ ਬਾਰੇ ਬੱਚਿਓ ਐਮਸੀਯੂ ਫਿਲਿੰਗ ਦਾ ਬਲੈਂਕਸ ट्रू ਫਾਲਸ ਦੇ ਉੱਤੇ ਆਪਾਂ ਤੁਹਾਨੂੰ ਵੀਡੀਓਜ਼ ਪ੍ਰੋਵਾਈਡ ਕਰਾ ਦਿੱਤੀਆਂ ਨੇ ਠੀਕ ਹੈ ਜੀ ਹੁਣ ਆਹ 2 ਮਾਰਕਸ ਦੇ ਕੁਐਸਚਨ ਨੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵਾਰ ਨਾ ਪੈਟਰਨ ਦਿਖਾ ਦਵਾਂਗੀ ਤੁਹਾਡਾ ਪੈਟਰਨ ਆਉਣਾ ਕਿੱਦਾਂ ਦਾ ਹੈ ਠੀਕ ਹੈ ਸਟਰਕਚਰ ਆਫ ਕੁਐਸਚਨ ਪੇਪਰ ਕੀ ਹੋਊਗਾ ਆ ਦੇਖ ਲਓ ਬੱਚੇ ਆ ਤੁਹਾਡਾ ਸਟਰਕਚਰ ਆਫ ਕੁਐਸਚਨ ਪੇਪਰ ਰਹਿਣ ਵਾਲਾ ਠੀਕ ਹੈ ਜਿਵੇਂ 1 ਮਾਰਕ ਦੇ ਕੁਐਸਚਨ ਆਉਣੇ ਆ ਆ ਦੇਖੋ ਇੱਥੋਂ ਚੈੱਕ ਕਰੋ 1 ਮਾਰਕ ਦੇ ਜਿਹੜੇ ਕੁਐਸਚਨ ਆਉਣੇ ਆ ਬਹੁਤ ਭਾਂਤੀ ਉੱਤਰ ਜਿਹੜੀ ਐਮਸੀਯੂ ਹੋਣੇ ਆ ਪ ਕਿ ਚੈਪਟਰਾਂ ਤੋਂ ਆਉਣੇ ਤੇ 10ਵੇਂ 11ਵੇਂ ਜੋ ਇੱਕੋ ਹੀ ਐਮਸੀਕਿਉ ਆਉਣਾ ਸੇਮ ਹੀ ਬਲੈਂਕਸ ਦੇ ਵਿੱਚ ਵੀ ਆਹੀ ਹੈ ਠੀਕ ਹੈ ਜੀ ਸੱਤ ਤੁਹਾਡੇ ਕੋਲ ਅੰਕ ਐਮਸੀਕਿਉ ਨੇ ਸੱਤ ਤੁਹਾਡੇ ਕੋਲ ਐਕਾ ਬਲੈਂਕਸ ਨੇ ਉਸ ਤੋਂ ਬਾਅਦ ਇਹ ਟ੍ਰੂ ਫਾਲਸ ਵਾਲੀ ਵੀਡੀਓ ਪਾਈ ਸੀ ਤੁਸੀਂ ਦੇਖ ਲਈ ਹੋਣੀ ਹਾਲ ਤੱਕ ਮੈਂ ਉਮੀਦ ਕਰ ਰਿਹਾ ਹਾਂ ਠੀਕ ਹੈ ਜੀ ਤਿੰਨ ਚੈਪਟਰਾਂ ਦੇ ਵਿੱਚੋਂ ਦੋ ਕੁਐਸਚਨ ਬਣਨੇ ਆ ਆ ਠੀਕ ਹੈ ਜੀ ਆ ਉਹ ਟ੍ਰੂ ਫਾਲਸ ਵਾਲੇ ਦੇ ਤੇ 10ਵੇਂ ਦੇ 11ਵੇਂ ਦੇ ਵਿੱਚੋਂ ਕੋਈ ਵੀ ਟ੍ਰੂ ਫਾਲਸ ਨਹੀਂ ਹੈਗਾ ਮੈਂ ਤੁਹਾਨੂੰ ਉਸੇ ਅਕੋਰਡਿੰਗ ਕਰਾਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸੇਮ ਹੀ ਆ ਦੋ ਅੰਕ ਵਾਲੇ ਦੇਖ ਲਓ ਸਾਡੇ ਕੋਲ ਸੱਤ ਸੇਮ ਹੀ ਪੈਟਰਨ ਆ ਰਹਿਣਾ ਪਹਿਲੇ ਤਿੰਨ ਚੈਪਟਰਾਂ ਚੋਂ ਦੋ ਅਗਲੇ ਤਿੰਨ ਚੋਂ ਦੋ ਅਗਲੇ ਤਿੰਨ ਚੋਂ ਦੋ ਤੇ 10 11 ਵਿੱਚੋਂ ਇੱਕ ਪ੍ਰੈਸ਼ਨ ਹੋਣਾ ਠੀਕ ਹੈ ਇਹਨਾਂ ਦਾ ਥੋੜਾ ਇਸ ਪ੍ਰਕਾਰ ਨਾਲ ਪਾਤਾ ਸਿਲੇਬਸ ਕੋਈ ਗੱਲ ਨਹੀਂ ਇਸ ਕਰਕੇ ਥੋੜੀ ਜਿਆਦਾ ਆਪਾਂ ਨੂੰ ਦੇਖਣਾ ਪੈਣਾ ਇਹਨੂੰ ਦੇਖ ਲਾਂਗੇ ਟੈਨਸ਼ਨ ਨਹੀਂ ਤੇ ਉਸ ਤੋਂ ਬਾਅਦ ਫੇਰ ਆ ਤਿੰਨ ਚੈਪਟਰਾਂ ਚੋਂ ਇੱਕ ਇਧਰੋਂ ਹੋਣਾ ਇੱਕ ਇਧਰੋਂ ਇੱਕ ਇਧਰੋਂ ਇਧਰੋਂ ਤੇਰੇ ਵਿੱਚ ਤੁਹਾਨੂੰ ਆਪਸ਼ਨ ਵਗੈਰਾ ਮਿਲ ਜਾਣਗੇ ਹਨਾ ਤੇ ਐਦਾਂ ਦਾ ਤੁਹਾਡਾ ਕੁਸ਼ਨ ਪੇਪਰ ਹੋਊਗਾ ਇਹਦੇ ਉੱਤੇ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਇੱਕ ਵਾਰੀ ਕੀ ਕੀ ਮੈਂ ਕਰਨਾ ਐਟੈਂਪਟ ਉਹ ਵੀ ਉਹਦੇ ਉੱਤੇ ਵੀ ਵੀਡੀਓ ਮੈਂ ਦਊਂਗਾ ਤੁ ਠੀਕ ਹੈ ਜੀ 1 ਮਾਰਕਸ ਵਾਲੇ ਹੁਣ ਆਪਾਂ 2 ਮਾਰਕਸ ਵਾਲੇ ਕੁਸ਼ਚਨ ਸਟਾਰਟ ਕਰਨ ਜਾ ਰਹੇ ਹਾਂ ਤੇ ਸਾਰੇ ਚੈਪਟਰਾਂ ਦੇ ਵਿੱਚੋਂ ਕਰਨੇ ਹੀ ਪੈਣੇ ਨੇ ਤਾਂ ਚਲੋ ਸ਼ੁਰੂ ਕਰਦੇ ਹਾਂ ਆਜੋ ਦੇਖੋ ਜੀ ਆਪਣਾ ਚੈਨਲ YouTube ਰਮਨਦੀਪ শেਠੀ ਜਿ세 ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਕਰਕੇ ਰੱਖ ਲਓ ਜਲਦ ਤੱਕ ਨਹੀਂ ਗਈ ਤਾਂ ਆਇਆ ਸਟਾਰਟ ਕਰ ਰਹੇ ਹਾਂ ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ ਤਾਂ ਕਿੰਨਾ ਹੋਣਾ ਚਾਹੀਦਾ 6.5 ਤੋਂ ਲੈ ਕੇ 8 ਤੱਕ ਲੂਣੀ ਭੂਮੀ ਲੂਣੀ ਭੂਮੀ ਵਿੱਚ ਕਿਹੜੇ ਲੂਣਾ ਦੀ ਬਹੁਤਾਤ ਹੁੰਦੀ ਹੈ ਤਾਂ ਕਿਹੜੇ ਹੋਗੇ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਤੇ ਕਲੋਰਾਇਡ ਲੂਣਾ ਦੀ ਖਾਰੀਤਾ ਤੇਜਾਬੀਪਣ ਨੂੰ ਨਾਪਣ ਦਾ ਪੈਮਾਨਾ ਕੀ ਹੁੰਦਾ ਨੂੰ ਪੀ ਐਚ ਮੁੱਲ ਨਾਲ ਨਾਪਦੇ ਆਣ ਕਿਹਦੇ ਨਾਲ ਪੀ ਐਚ ਮੁੱਲ ਨਾਲ ਉਸ ਤੋਂ ਬਾਅਦ ਜਿਸ ਜ਼ਮੀਨ ਵਿੱਚ ਸੋਡੀਅਮ ਤੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਬਧੇਰੀ ਮਾਤਰਾ ਵਿੱਚ ਹੁਣ ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਖਾਰੀ ਜ਼ਮੀਨਾਂ ਵਿੱਚ ਕਿਹੜੀ ਜ਼ਮੀਨ ਖਾਰੀ ਜਿਸ ਵਿੱਚ ਕਾਰਬੋਨੇਟ ਬਾਈਕਾਰਬਨੇਟ ਹੋਣ ਭੂਮੀ ਦੇ ਦੋ ਮੁੱਖ ਭੌਤਿਕ ਗੁਣ ਤਾਂ ਦੋ ਮੁੱਖ ਭੌਤਿਕ ਗੁਣ ਲਿਖਣੇ ਨੇ ਠੀਕ ਹੈ ਕਣਾਂ ਦੇ ਆਕਾਰ ਤੇ ਭੂਮੀ ਕਣਤਾ ਤੇ ਕਣਾਂ ਦੇ ਦਰਮਿਆਨ ਖਾਲੀ ਥਾਂ ਪਾਣੀ ਜਮਾ ਕਰਨ ਅਤੇ ਪਾਣੀ ਸਮੋਉਣ ਦੀ ਤਾਕਤ ਆਦੀ ਇਹ ਆਪਾਂ ਉਹਦੇ ਭੌਤਿਕ ਗੁਣ ਹੋਗੇ ਚਿਕੜੀ ਜ਼ਮੀਨ ਵਿੱਚ ਫਸਲ ਲਈ ਹੁੰਦੀਆਂ ਹਨ ਕਿਸ ਫਸਲ ਲਈ ਹੁੰਦੀਆਂ ਝੋਨੇ ਦੀ ਬਿਜਾਈ ਦੀ ਚਿਕਣੀ ਆ ਯਾ ਰੱਖਣਾ ਚਿਕਣੀ ਕਿਹੜੇ ਲਈ ਝੋਨੇ ਲਈ ਕੱਲ ਨੂੰ ਕੁਐਸਚਨ ਆਉਂਦਾ ਐਮਸੀਕਿਊ ਦੇ ਅੰਦਰ ਵੀ ਕਿ ਚਿਕਣੀ ਨਾਲ ਕਿਹੜੀ ਕਿੱਥੇ ਬਿਜਾਈ ਹੁੰਦੀ ਹੈ ਝੋਨੇ ਚ ਕਿਹੜੀ ਹੁੰਦੀ ਹੈ ਚਿਕਣੀ ਇਹੰਦਰ ਇੰਪੋਰਟੈਂਟ ਆ ਚੀਜ਼ ਨੂੰ ਮਾਰਕ ਕਰਕੇ ਰੱਖ ਲਿਓ ਚਿਕਣੀ ਮਿੱਟੀ ਵਿੱਚ ਕਿਹੜੇ ਚਿਕਨੇ ਕਣਾਂ ਦੀ ਮਾਤਰਾ ਹੁੰਦੀ ਹੈ ਕਟੁੱਟ-ਕਟ 40% ਚਿਕਨੇ ਕਣਾਂ ਦੀ ਮਾਤਰਾ ਹੁੰਦੀ ਹੈ ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜਬ ਹੋ ਜਾਂਦਾ ਹੈ ਇਹ ਹੁੰਦੀਆਂ ਰੇਤেলੀਆਂ ਭੂਮੀਆਂ ਠੀਕ ਹੈ ਜੀ ਖਰੀਖਾਰ ਵਿੱਚ ਦੋ ਫਸਲਾਂ ਦੇ ਨਾਲ ਇੱਕੋ ਖਾਦੀ ਖਾਦ ਲਈ ਦੋ ਫਸਲਾਂ ਕਿਹੜੀ ਹੁੰਦੀ ਹੈ ਕਿਸਾਨ ਹੋਗੀ ਤੇ ਦੂਜੀ ਕਿਹੜੀ ਹੋਗੀ ਜੰਤਰ ਖਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜੇ ਪਦਾਰਥ ਵਰਤੇ ਜਾਂਦੇ ਹਨ ਜਿਪਸਮ ਖਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜੇ ਆਪਾਂ ਵਰਤਦੇ ਹਾਂ ਜਿਪਸਮ ਵਰਤਦੇ ਹਾਂ ਭੂਮੀ ਵਿਗਿਆਨ ਅਨੁਸਾਰ ਮਿੱਟੀ ਦਾ ਕੀ ਭਾਵ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੂਮੀ ਇੱਕ ਕੁਦਰਤੀ ਵਸਤੂ ਹੈ ਜੋ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠ ਕੁਦਰਤੀ ਮਾਦੇ ਤੋਂ ਪੈਦਾ ਹੁੰਦੀ ਹੈ ਠੀਕ ਹੈ ਬਈ ਨੈਕਸਟ ਆਜੋ ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ਜਿਸ ਜ਼ਮੀਨ ਵਿੱਚ ਹੇਠਲੇ ਪਾਣੀ ਦੀ ਸਤ੍ਹਾ ਐਨੀ ਉਪਰ ਆ ਜਾਂਦੀ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਮੂਸਾਂ ਪਾਣੀ ਨਾਲ ਭਰ ਜਾਂਦੇ ਹਨ ਅਤੇ ਜ਼ਮੀਨ ਹਮੇਸ਼ਾ ਗਿੱਲੀ ਰਹਿੰਦੀ ਹੈ ਉਹਨਾਂ ਨੂੰ ਸੇਮ ਵਾਲੀ ਜ਼ਮੀਨ ਕਹਿੰਦੇ ਹਨ ਠੀਕ ਹੈ ਜੀ ਮੈਰੀ ਜ਼ਮੀਨ ਦੇ ਮੁੱਖ ਉਹਨਾਂ ਦੱਸੋ ਇਹ ਵੈਰੀ ਇੰਪੋਰਟੈਂਟ ਆ ਆ 18ਵਾਂ ਠੀਕ ਹੈ ਜੀ ਇਹਨੂੰ ਇੰਪੋਰਟੈਂਟ ਮਾਰਕ ਕਰਕੇ ਯਾਦ ਕਰ ਲੈਣਾ ਮੈਰੀ ਜ਼ਮੀਨ ਮੇਰੀ ਜ਼ਮੀਨ ਦੇ ਮੁੱਖ ਗੁਣ ਦੱਸੋ ਮੇਰੀ ਜ਼ਮੀਨ ਹਰ ਪੱਖੋਂ ਖੇਤੀਬਾੜੀ ਲਈ ਉੱਤਮ ਮੰਨੀ ਗਈ ਹੈ ਹਰ ਹੱਥਾਂ ਵਿੱਚੋਂ ਸਰਕਾਉਣਾ ਅਤੇ ਇਹ ਪਾਊਡਰ ਵਾਂਗ ਸਰਕਦੀ ਹੈ ਹੱਥਾਂ ਵਿੱਚ ਸਰਕਾਉਂਦੇ ਕੀਵੇਂ ਨਿਕਲਦੀ ਹੈ ਪਾਊਡਰ ਵਾਂਗ ਸਰਕਦੀ ਹੈ ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ਇਹ ਉਹ ਕਲਰ ਜ਼ਮੀਨ ਹੁੰਦੀਆਂ ਹਨ ਜਿਨ੍ਹਾਂ ਵਿੱਚ ਖਾਰਾਪਣ ਵੀ ਵੱਧ ਹੁੰਦਾ ਹੈ ਤੇ ਲੂਣਾਂ ਦੀ ਮਾਤਰਾ ਵੀ ਵੱਧ ਹੁੰਦੀ ਹੈ ਇਨ੍ਹਾਂ ਵਿੱਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵੀ ਬਦੇ ਦੇ ਹੁੰਦੇ ਹਨ ਠੀਕ ਹੈ ਜੀ ਆਜੂ ਨੈਕਸਟ ਚੈਪਟਰ ਦੇ ਉੱਤੇ ਪਨੀਰੀ ਤਿਆਰ ਕਰਨਾ ਠੀਕ ਹੈ ਜੀ ਪਨੀਰ ਤਿਆਰ ਕਰਨਾ ਚੈਪਟਰ ਹੈ ਪਿਆਜ਼ ਦੀ ਇੱਕ ਏਕੜ ਪਨੀਰੀ ਤਿਆਰ ਕਰਨ ਲਈ ਕਿੰਨੇ ਬੀਜ ਬੀਜਣ ਦੀ ਲੋੜ ਹੈ ਬੈਟਰੀ ਇੱਕ ਸੈਕਿੰਡ ਬੱਚੇ ਆਪਾਂ ਉਹ ਲਾ ਲਈਏ ਚਾਰਜਰ ਹੈ ਇੱਕ ਸੈਕਿੰਡ ਹੋਲਡ ਕਰਨਾ ਹਾਂਜੀ ਬੱਚੇ ਆਜੋ ਵਾਪਸ ਪਿਆਜ਼ ਦੀ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ ਕਿੰਨਾ ਬੀਜਣ ਲੋੜ ਹੈ 4 ਤੋਂ 5 ਕਿਲੋ ਬੀਜ ਪ੍ਰਤੀ ਏਕੜ ਠੀਕ ਹੈ ਜੀ ਪੌਪੂਲਰ ਦੀ ਨਰਸਰੀ ਤਿਆਰ ਕਰਨ ਲਈ ਕਲਮਾ ਦੀ ਲੰਬਾਈ ਕਿੰਨੀ ਪੂ ਹੋਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਹੈ 20 ਤੋਂ 25 ਸੈਂਟੀਮੀਟਰ ਮਿਰਚ ਦੀ ਪਨੀਰੀ ਕਦੋਂ ਬੀਜਣੀ ਚਾਹੀਦੀ ਹੈ ਅਕਤੂਬਰ ਦੇ ਆਖਰੀ ਹਫਤੇ ਅਤੇ ਅਧ ਨਵੰਬਰ ਵਿੱਚ ਠੀਕ ਹੈ ਜੀ ਟਰੇਕੀ ਹੁੰਦੀ ਹੈ ਬੀਜਾਂ ਤੋਂ ਤਿਆਰ ਕੀਤੀ ਹੋਈ ਨਰਸਰੀ ਨੂੰ ਟਰੇਕ ਕਹਿੰਦੇ ਹਨ ਠੀਕ ਹੈ ਜੀ ਇਹ ਵੀ ਧਿਆਨ ਰੱਖਿਓ ਸਰਦੀ ਦੀ ਰੁੱਤ ਦੇ ਦੋ ਫੁੱਲਾਂ ਦੇ ਨਾਲ ਲਸੋ ਤੇ ਆਜੂਗੀ ਬਰਫ ਗਾਰਡਨ ਪੀ ਤੇ ਫਲੋਕਸ ਗਰਮੀ ਰੁੱਤ ਦੇ ਦੋ ਫੁੱਲਾਂ ਦੇ ਨਾਲ ਲਸੋ ਸੂਰਜਮੁਖੀ ਤੇ ਜੀਨੀਆਂ ਅਗਲਾ ਆਜੋ ਸਫੇਦੇ ਨਰਸਰੀ ਲਗਾਉਣ ਨਿਕਰਾ ਹਾਂ ਸਫੇਦਰ ਨਰਸੀ ਲਗਾਉਣ ਦਾ ਟੁਕਮਾ ਸਮਾ ਕਿਹੜਾ ਹੈ ਫਰਵਰੀ ਮਾਰਚ ਅਤੇ ਸਤੰਬਰ ਅਕਤੂਬਰ ਦੋ ਫਸਲਾਂ ਦਾ ਦੱਸੋ ਜਿਹੜੇ ਕੀ ਪਿਉਂਦ ਨਾਲ ਤਿਆਰ ਕੀਤੇ ਜਾਂਦੀ ਹਨ ਆਂਬ ਅਮਰੂਦ ਸੇਬ ਤੇ ਨਾਸ਼ਪਤੀ ਸਬਜ਼ੀਆਂ ਦੇ ਬੀਜ ਦੀ ਸੋਧ ਕਿਸ ਦਵਾਈ ਨਾਲ ਕੀਤੀ ਜਾਂਦੀ ਹੈ ਕਪਟਾਨ ਜਾਂ ਥੀਰਮ ਉਸ ਵਿਧੀ ਦਾ ਨਾਂ ਦੱਸੋ ਜਿਸ ਨਾਲ ਇੱਕਸਾਰ ਨਸਲ ਦੇ ਫਲਦਾਰ ਬੁੱਟੇ ਤਿਆਰ ਕੀਤੇ ਜਾਂਦੇ ਹਨ ਬਨਸਪਤੀ ਰਾਹੀ ਜਿਵੇਂ ਕਲਮਾ ਰਾਹੀ ਕਲਮਾ ਜਿਹੜੀਆਂ ਹੁੰਦੀਆਂ ਨਾ ਮਤਲਬ ਕਟਕੇਡੇ ਲਾਉਂਦੇ ਹੁੰਦੇ ਨੇ ਇਦਾਂ ਇੱਕ ਸਾਰ ਬੂਟੇ ਤਿਆਰ ਹੁੰਦੇ ਹਨ ਟਮਾਟਰ ਦੀ ਪਨੀਰੀ ਦੀ ਬਜਾਈ ਦਾ ਟੁਕਮਾ ਸਮਾ ਇਹ ਨਵੰਬਰ ਦਾ ਪਹਿਲਾ ਹਫਤਾ ਜੁਲਾਈ ਦਾ ਪਹਿਲਾ 15 ਵਾੜਾ ਕਿਹੜੀ ਕਿਹੜੀ ਸਬਜ਼ੀਆਂ ਪਨੀਰੀ ਰਾਹੀਂ ਲਗਾਈਆਂ ਜਾ ਸਕਦੀਆਂ ਹਨ ਟਮਾਟਰ ਮਿਰਚਾਂ ਸ਼ਿਮਲਾ ਮਿਰਚ ਮਿਰਚ ਸ਼ਿਮਲਾ ਮਿਰਚ ਠੀਕ ਹੈ ਬੈਂਗਣ ਪਿਆਜ਼ ਫੁੱਲ ਗੋਭੀ ਬੰਦ ਗੋਭੀ ਚੀਨੀ ਬੰਦ ਗੋਭੀ ਬਰੋਕਲੀ ਸਲਾਦ ਹੈਨਾ ਇਹ ਸਾਰੀਆਂ ਸਬੀਆਂ ਪਨੀਰੀਆਂ ਲਾਈ ਲਗਾਈ ਜਾਂ ਸਾਧੀਆਂ ਹਨ ਅੱਗੇ ਆਜੋ ਸਰਦੀ ਦੇ ਕਿਹੜੇ ਕਿਹੜੇ ਦੋ ਫੁੱਲ ਅਤੇ ਬਜਾਈ ਕਦੋਂ ਕੀਤੀ ਜਾਂਦੀਆਂ ਹਨ ਆਹ 13ਵਾਂ ਕੁਐਸਚਨ ਵੀ ਇੰਪੋਰਟੈਂਟ ਆ ਇਹਨੂੰ ਵੀ ਯਾਦ ਰੱਖਣਾ ਦੇਖੋ ਇੰਪੋਰਟੈਂਟ ਸਾਰੇ ਆ ਪੜ੍ਹਨੇ ਦਾ ਆਪਾਂ ਸਾਰਾ ਕੋਸ਼ਿਸ਼ ਇੱਕ ਵਾਰ ਰੀਡਿੰਗ ਲੈਣੀ ਹੈ ਨਾ ਸੁਖੀ ਨੇ ਬਟ ਫਿਰ ਵੀ ਕੁਝ ਕੁ ਜਿਹੜੇ ਮੈਂ ਮਾਰਕ ਕਰ ਦੇਣਾ ਉਹ ਜਿਹੜਾ ਗੌਰ ਨਾਲ ਕਰ ਲਿਓ ਸਰਦੀ ਦੇ ਦੋ ਫੁੱਲ ਗੈਂਦਾ ਅਤੇ ਗੁਲ ਅਸਰਫੀ ਹਨ ਇਹਨਾਂ ਦੀ ਬਜਾਈ ਦਾ ਸਮਾਂ ਸਤੰਬਰ ਤੇ ਮਾਰਚ ਹੈ ਸਬਜ਼ੀਆਂ ਦੀ ਨਰਸਰੀ ਵਿੱਚ ਪਨੀਰੀ ਮਰਨ ਤੋਂ بچਾਉਣ ਲਈ ਕਿਹੜੀ ਦਵਾਈ ਪਾਉਣੀ ਪੈਂਦੀ ਹੈ ਕਪਤਾਨ ਜਾਂ ਥੀਰਮ ਦਵਾਈ ਠੀਕ ਹੈ ਜੀ ਅਗਲਾ ਬਰਸਪਤੀ ਰਾਹੀਂ ਕਿਹੜੇ-ਕਿਹੜੇ ਫਲਦਾਰ ਬੁੱਟੇ ਤਿਆਰ ਕੀਤੇ ਜਾਂਦੇ ਹਨ ਆਮਬ ਦਾ ਨਿੰਬੂ ਦਾ ਅਮਰੂਦ 나ਖਾਂ ਅਲੂਚਾ ਆੜੂ ਅੰਗੂਰ ਅਤੇ ਅਨਾਰ ਬੀਜ ਰਾਹੀਂ ਕਿਹੜੇ-ਕਿਹੜੇ ਫਲਦਾਰ ਬੁੱਟੇ ਵਧੀਆ ਤਿਆਰ ਹੁੰਦੇ ਹਨ ਤਪੀਤਾ ਕਰੌਂਦਾ ਜਾਮਣ ਫਾਲਸਾ ਠੀਕ ਹੈ ਜੀ ਬੀਜ ਰਾਹੀਂ ਜਿਹੜੇ ਵਧੀਆ ਫਲਦਾਰ ਬੁੱਟੇ ਹੁੰਦੇ ਨੇ ਬੀਜ ਰਾਹੀਂ ਕਿਹੜਾ ਹੁੰਦਾ ਤਪੀਤਾ ਜਾਮਣ ਦਾ ਫਾਲਸਾ ਹੋ ਗਿਆ ਤੇ ਕਰੌਂਦਾ ਇਹ ਬੀਜ ਨਾਲ ਹੀ ਹੁੰਦੇ ਨੇ ਠੀਕ ਹੈ ਵਧੀਆ ਤਿਆਰ ਤਰੇਕ ਦੀ ਨਸਰਸਰੀ ਤਿਆਰ ਕਰਨ ਲਈ ਬੀਜ ਕਿ ਤਰੇਕ ਦੀ ਨਰਸਰੀ ਲਈ ਸਿਹਤਮੰਦ ਚੰਗੇ ਵਾਧੇ ਵਾਲੇ ਅਤੇ ਸਿੱਧੇ ਜਾਣ ਵਾਲੇ ਰੁੱਖਾਂ ਤੋਂ ਹੀ ਬੀਜ ਇਕੱਠੇ ਕਰਨੇ ਚਾਹੀਦੇ ਹਨ ਅੱਗੇ ਆਜੋ ਬੱਚੇ ਤੀਜਾ ਚੈਪਟਰ ਸਾਡਾ ਪਾਰਟ ਸਟਾਰਟ ਹੁੰਦਾ ਜ਼ਮੀਨ ਦੇ ਪੇਮਾਈਟ ਰਿਕਾਰਡ 1 ਹੈਕਟੇਅਰ ਵਿੱਚ ਕਿੰਨੇ ਕਨੌਨ ਨੇ ਕੋ ਫੇਰ ਉਹੀ ਆ ਗਿਆ ਮੈਂ ਕਿੰਨੀ ਵਾਰ ਤੁਹਾਨੂੰ ਉਹ ਵੀਡੀਓ ਦਿਖਾਇਆ ਸੀਗਾ 1 ਹੈਕਟੇਅਰ ਚ ਕਿੰਨੇ ਏਕੜ ਹੁੰਦੇ ਨੇ ਢਾਈ ਏਕੜ ਠੀਕ ਆ ਇਹ ਐਮਸੀਕਿਊ ਜਾਂ ਫਿਲਿੰਗ ਦਾ ਬਲੈਂਕਸ ਵਿੱਚ ਮਿਲਣਾ ਤੁਹਾਨੂੰ ਇੱਕ ਕਨਾਲ ਵਿੱਚ ਕਿੰਨੇ ਮਰਲੇ 20 ਮਰਲੇ ਨਵੀਂ ਜਮ੍ਹਾਂਬੰਦੀ ਕਿੰਨੇ ਸਾਲ ਬਾਅਦ ਤਿਆਰ ਹੁੰਦੀ ਹੈ 4 ਸਾਲ ਬਾਅਦ ਹੁੰਦੀ ਹੈ ਹੁਣ 5 ਸਾਲ ਬਾਅਦ ਹੁੰਦੀ ਹੈ ਪਹਿਲਾਂ 4 ਸਾਲ ਬਾਅਦ ਹੁੰਦੀ ਸੀ ਹੁਣ 5 ਸਾਲ ਬਾਅਦ ਪੁਰਾਣੇ ਜਮ੍ਹਾਂਮੇ ਜਮਾਨੇ ਵਿੱਚ ਜ਼ਮੀਨ ਦੀ ਪੈਮਾਈਸ਼ ਕਿਸ ਨਾਲ ਕਰਦੇ ਸਨ ਰੱਸੀਆਂ ਨਾਲ ਹਾਥੀ ਦੀ ਗਰਦਾਵਰੀ ਕਿਸ ਸਮੇਂ ਹੁੰਦੀ ਹੈ 1 ਮਾਰਚ ਤੋਂ 31 ਮਾਰਚ ਜ਼ਮੀਨ ਸੰਬੰਧੀ ਸੁਧਾਰ ਦਾ ਮੋਢੀ ਕਿਸ ਬਾਦਸ਼ਾਹ ਨੂੰ ਕਿਹਾ ਗਿਆ ਮੁਗਲ ਬਾਦਸ਼ਾਹ ਅਕਬਰ ਨੂੰ ਭਾਰਤ ਦੇ ਕਿਹੜੇ-ਕਿਹੜੇ ਸੂਬਿਆਂ ਵਿੱਚ ਮੁਰਬਾਬੰਦੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ ਪੰਜਾਬ ਤੇ ਹਰਿਆਣਾ ਵਿੱਚ ਮੁਰਬਾਬੰਦੀ ਮੁਰਬਾਬੰਦੀ ਐਕਟ ਅਨੁਸਾਰ ਜ਼ਮੀਨ ਨੂੰ ਕਿੰਨੇ ਕਿੱਲੇਾਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ਹੈ 25-25 ਕਿੱਲੇਾਂ ਦੇ ਟੁਕੜਿਆਂ ਵਿੱਚ ਵੰਡਿਆ ਗਿਆ ਹੈ ਕਿਸ ਦੇ ਹੱਕ ਵਿੱਚ ਸ਼ੁਰੂ ਹੋਈ ਇਹ 1950 ਵਿੱਚ ਸ਼ੁਰੂ ਕੀਤੀ ਗਈ ਜਮ੍ਹਾਂਬੰਦੀ ਫਰਦ ਲੱਭਣ ਲਈ ਕਿਹੜੀ ਸਾਈਟ ਵੇਖਣੀ ਚਾਹੀਦੀ ਹੈ plr.org.in ਗੋਸ਼ਾਵਾਰਾ ਕੀ ਹੁੰਦਾ ਹੈ ਸਾਰੀਆਂ ਫਸਲਾਂ ਦੇ ਸਾਰਨਿੱਧ ਕੁੱਲ ਜੋੜ ਨੂੰ ਗੋਸ਼ਾਵਾਰਾ ਕਿਹਾ ਜਾਂਦਾ ਹੈ ਜਰੀਬ ਕੀ ਹੁੰਦਾ ਹੈ ਭੋ ਦੀ ਪੈਮਾਈਸ਼ ਕਰਨ ਲਈ ਲੋਹੇ ਦੀਆਂ ਕੜੀਆਂ ਦੀ ਬੜੀ ਕੋਈ ਚੈਨ ਨੂੰ ਜਰੀਬ ਕਿਹਾ ਜਾਂਦਾ ਹੈ ਠੀਕ ਹੈ ਜੀ ਇਹ ਜ਼ਮੀਨ ਦੀ ਪੈਮਾਈਸ਼ ਜਾਂ ਦੂਰੀ ਮੇਨਣ ਦੇ ਕੰਮ ਆਉਂਦੀ ਹੈ ਇਹ 55 ਫੁੱਟ ਲੰਮੀ ਹੁੰਦੀ ਹੈ ਨੈਕਸਟ ਸੂਰਜੀ ਊਰਜਾ ਠੀਕ ਹੈ ਇੰਪੋਰਟੈਂਟ ਚੈਪਟਰ ਆ ਸੂਰਜੀ ਊਰਜਾ ਇਹਦੇ ਤੋਂ ਕੁਐਸਚਨ ਮਿਲੂਗਾ ਤੁਹਾਨੂੰ ਸੂਰਜੀ ਊਰਜਾ ਸੋਲਰ ਵਾਟਰ ਹੀਟਰ ਦਾ ਕਦੇ-ਕਦੇ ਐਂ ਪੁੱਛ ਲੈਂਦਾ ਸੂਰਜੀ ਊਰਜਾ ਨਾਲ ਚੱਲੇ ਵਾਲੇ ਉਪਕਰਨ ਦੇ ਨਾਮ ਲਿਖੋ ਹਨਾ ਉਹ ਵੀ ਇੰਪੋਰਟੈਂਟ ਬਣ ਜਾਂਦਾ ਹੁੰਦਾ ਪਹਿਲਾਂ ਇਹ ਦੇਖ ਲਓ ਸੋਲਰ ਵਾਟਰ ਹੀਟਰ ਦੇ ਮੁੱਖ ਲਾਭ ਇਹ 100 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਨ ਦੇ ਪਾਣੀ ਗਰਮ ਕਰਨ ਦੇ ਕੰਮ ਆਉਂਦਾ ਹੈ ਰਵਾਇਤ ਊਰਜਾ ਦੇ ਸੌਮਿਆਂ ਦੀਆਂ ਦੋ ਧਾਰਨਾ ਦਿਓ ਕੋਲਾ ਪੈਟਰੋਲੀਅਮ ਪਦਾਰਥ ਆਦਿ ਹੋਗੇ ਸੋਲਰ ਵਾਟਰ ਹੀਟਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਦੋ ਠੀਕ ਹੈ ਜੀ ਥੈਟ ਇਜ਼ ਸਟੋਰ ਚ ਕਮ ਕਲੈਕਟਰ ਸੋਲਰ ਵਾਟਰ ਹੀਟਰ ਤੇ ਥਰਮੋਸਿਫ ਹੂੰ ਸੋਲਰ ਲਾਲ ਟਹਿਣ ਦੀ ਵਰਤੋਂ ਕਿੰਨੇ ਘੰਟੇ ਦਾ ਕੀਤੀ ਜਾਂਦੀ ਹੈ 3 ਤੋਂ 4 ਘੰਟੇ ਦਾ ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਸੋਲਰ ਪ੍ਰਕਾਰ ਦੇ ਦੋ ਪ੍ਰਕਾਰ ਦੇ ਹੁੰਦੇ ਹਨ ਵਪਾਰਕ ਤੇ ਪਰਿਵਾਰਿਕ ਸੋਲਰ ਕੁੱਕਰ ਦਾ ਮੁੱਖ ਲਾਭ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ਸੋਲਰ ਕੁੱਕਰ ਦੀ ਵਰਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ 20 ਤੋਂ 25% ਰਵਾਇਤੀ ਬਾਲਣ ਬਚ ਸਕਦਾ ਹੈ ਸੋਲਰ ਡਰਾਇਰ ਵਿੱਚ ਸੁਕਾਇਆ ਜਾਣ ਵਾਲੀਆਂ ਦੋ ਸਬਜ਼ੀਆਂ ਪਾਲਕ ਮਿੱਠੀ ਮਿਰਚਾਂ ਟਮਾਟਰ ਗੈਰ ਰਵਾਇਤੀ ਸੂਰਜਾਂ ਦੇ ਸੌਮੇ ਸੂਰਜੀ ਊਰਜਾ ਬਾਇਓ ਗੈਸ ਵਪਾਰਿਕ ਪਦਰਤੇ ਸੋਲਰ ਡਰਾਇਰ ਵਿੱਚ ਖੇਤੀਬਾੜੀ ਪਦਾਰਥ ਦੀ ਕਿੰਨੀ ਮਾਤਰਾ ਇੱਕ ਵਾਰ ਵਿੱਚ ਸੁਕਾਈ ਜਾਂਦੀ ਹੈ B ਤੋਂ 30 ਕਿਲੋ ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਲਿਖੋ ਸੋਲਰ ਡਰਾਇਰ ਨਾਲ ਹੀ ਲਗਾ ਸਭ ਜੀਆਂ ਸੁਕਾਈ ਜਾਂਦੀਆਂ ਜਿਵੇਂ ਫਲ ਵਿੱਚ ਆड़ੂ ਸੁਕਾਇਆ ਜਾਂਦਾ ਅੰਗੂਰ ਸਬਜ਼ੀਆਂ ਪਾਲਕ ਹੋਗੀ ਮੇਥੀ ਸਰੋਂ ਦਾ ਸਾਗ ਟਮਾਟਰ ਆਲੂ ਹਲਦੀ ਤੇ ਮਿਰਚਾਂ ਸੋਲਰ ਕੁੱਕਰ ਤੋਂ ਕੀ ਭਾਵ ਹੈ ਸੋਲਰ ਕੁੱਕਰ ਊਰਜੀ ਸੂਰਜੀ ਊਰਜਾ ਦਾ ਇੱਕ ਅਜਿਹਾ ਯੰਤਰ ਹੈ ਜਿਸ ਨਾਲ 20 ਤੋਂ 25% ਰਵਾਇਤੀ ਬਾਲਣ ਬਚ ਸਕਦਾ ਹੈ ਜਿਹੜਾ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ ਅਗਲਾ ਚੈਪਟਰ ਸਾਡੇ ਕੋਲ ਪੰਜਵਾਂ ਖਾਦਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ਸੱਤ ਠੀਕ ਹੈ ਜੀ ਖੁੰਬਾ ਦੀਆਂ ਮੱਖੀ ਤੋਂ ਬਚਾ ਲਈ ਕਿਹੜੀ ਦਵਾਈ ਵਰਤਣੀ ਪੈਂਦੀ ਹੈ ਨੁਵਾਨ ਖੁੰਬਾ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦਾਂ ਦੀਆਂ ਢੇਰੀਆਂ ਦੀ ਉਚਾਈ ਵੱਧ ਤੋਂ ਵੱਧ ਕਿੰਨੀ ਫੁੱਟ ਰੱਖਣੀ ਚਾਹੀਦੀ ਹੈ 5 ਫੁੱਟ ਖੁੰਬਾ ਦੀਆਂ ਦੋ ਉन्नत ਕਿਸਮਾਂ ਦੇ ਨਾਂ ਦੱਸੋ ਕਿਹੜੇ-ਕਿਹੜੇ ਹੋਗੀ ਬਟਨ ਖੁੰਬ ਪਰਾਲੀ ਖੁੰਬ ਤੇ ਸਟੱਗ ਖੁੰਬ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਹੜੀ ਹੁੰਦੀ ਹੈ ਬਟਨ ਹੁੰਦੀ ਹੈ ਮੈਂ ਬਾਰ-ਬਾਰ ਉਹ ਬੋਲਦਾ ਹੋਂ ਨਾ ਚੀਜ਼ਾਂ ਨੂੰ ਮਾਰਕ ਕਰਕੇ ਰੱਖਿਆ ਕਰੋ ਖੁੰਬਾ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹੈ 슈ਗਰ ਤੇ ਬਲੱਡ ਪ੍ਰੈਸ਼ਰ ਠੀਕ ਹੈ ਜੀ ਪੰਜਾਬ ਵਿੱਚ ਮੌਜੂਦ ਕਿੰਨਾ ਖੁੰਬਾ ਪੈਦਾ ਹੁੰਦੀਆਂ ਹਨ 45000 ਤੋਂ 48000 ਟਨ ਸਾਲਾਨਾ ਖੁੰਬਾ ਉਗਾਉਣ ਲਈ ਪ੍ਰਤੀ ਕਿਆਰੀ ਕਿੰਨਾ ਬੀਜ ਦੀ ਲੋੜ ਹੁੰਦੀ ਹੈ 300 ਗ੍ਰਾਮ ਵਧੀਆ ਖਾਦ ਤਿਆਰ ਕਰਨ ਦੀ ਪੀਐਚ ਕਿੰਨੀ ਹੁੰਦੀ ਹੈ 7 ਤੋਂ 8 ਅਗਲਾ ਜੋ ਸਰਦੀਆਂ ਰੁੱਤਨੀਆਂ ਖੁੰਬਾ ਦੀਆਂ ਸਾਲ ਵਿੱਚ ਕਿੰਨੀਆਂ ਫਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ਬਟਨ ਖੁੰਬਾ ਦੀਆਂ 2 ਡਿਗਰੀਆਂ ਦੀਆਂ 3 ਤੇ ਸਟਾਕੀ ਦੀ ਇੱਕ ਫਸਲ ਲਈ ਜਾ ਸਕਦੀ ਹੈ ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ ਸੜੀ ਰੂੜੀ ਅਤੇ ਰੇਤੇਲੀ ਮਿੱਟੀ ਵਿੱਚ ਕੀ ਅਨੁਪਾਤ ਹੁੰਦਾ ਹੈ ਗਲੀ ਸੜੀ ਰੂੜੀ ਅਤੇ ਰੇਤੇਲੀ ਮਿੱਟੀ ਦਾ ਅਨੁਪਾਤ 4 ਅਨੁਪਾਤ 1 ਹੁੰਦਾ ਹੈ ਠੀਕ ਹੈ ਜੀ ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤੱਕ ਖੁੰਬਾ ਨਹੀਂ ਤੋੜਿਆ ਚਾਹੀਦੀਆਂ 48 ਘੰਟੇ ਯਾਨੀ 2 ਦਿਨ ਤੱਕ ਖੁੰਬਾ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ਬੇ ਕੈਲਸ਼ੀਅਮ ਹੋ ਗਿਆ ਫਾਸਫੋਰਸ ਲੋਹਾ ਪੋਟਾਸ਼ ਖਣਿਜ ਪਦਾਰਥ ਵਿਟਾਮਿਨ ਸੀ ਆਦਿ ਪ੍ਰਾਪਤ ਹੁੰਦੇ ਹਨ 1 ਵਰਗ ਮੀਟਰ ਵਿੱਚ ਖੁੰਬਾਂ ਦਾ ਕਿੰਨਾ ਝਾੜ ਨਿਕਲਦਾ ਹੈ 1 ਵਰਗ ਵਿੱਚ 12 ਕਿਲੋ ਖੁੰਬਾਂ ਦਾ ਝਾੜ ਮਿਲ ਜਾਂਦਾ ਹੈ ਅੱਗੇ ਆ ਜੋ ਬੱਚੇ ਮਧੂਮੱਖੀਆਂ ਕੀ ਕਰ ਮਧੂਮੱਖੀਆਂ ਪਾਲਣ ਸ਼ਹਿਦ ਦੀਆਂ ਮੱਖੀਆਂ ਦੋ ਸ਼ਹਿਦ ਮੱਖੀ ਦੀਆਂ ਦੋ ਪਾਲਤੂ ਕਿਸਮਾਂ ਦੇ ਨਾਲ ਖੋ ਜੀ ਮੈਂ ਉੱਤੇ ਪਰ ਸੁਰਜੀ ਕਰੇ ਸੀਗੇ ਇਹਦੇ ਵਿੱਚ ਦੋ ਕੋਈ ਵੀ ਯੰਤਰ ਪੜ ਲਿਓ ਕੀ ਸੂਰਜੀ ਉਰਦ ਨਾਲ ਚੱਲਣ ਵਾਲੇ ਦੋ ਯੰਤਰ ਜਨ ਸੂਲਰ ਸੋਲਰ ਕੁੱਕਰ ਹੋ ਗਿਆ ਹੈ ਨਾ ਸੋਲਰ ਲਾਈਟ ਹੋਗੀ ਇਹ ਯੰਤਰ ਪੁੱਛ ਲੈਂਦੇ ਹੋ ਨੇ ਧਿਆਨ ਨਾਲ ਪੜ ਲਿਓ ਮਧੂਮੱਖੀ ਪਾਲਣ ਸ਼ਹਿਰ ਮੱਖੀਆਂ ਦੋ ਪਾਲਤੂ ਹਿੰਦੁਸਤਾਨੀ ਮੱਖੀ ਤੇ ਯੂਰੋਪੀਅਨ ਮੱਖੀ ਇਹ ਪਾਲਤੂ ਨੇ ਡੂੰਣਾ ਤਾਂ ਬੜੀ ਉਹ ਮਤਲਬ ਗੁੱਸੇ ਵਾਲੀ ਹੁੰਦੀ ਆ ਸ਼ਹਿਰ ਮੱਖੀ ਦੀਆਂ ਲੱਤਾਂ ਕਿੰਨੀਆਂ ਹੁੰਦੀਆਂ ਹਨ ਤਿੰਨ ਜੋੜੀਆਂ ਲੱਤਾਂ ਠੀਕ ਹੈ ਜੀ ਤਿੰਨ ਜੋੜੀਆਂ ਦੇ ਵਿੱਚ ਕਾਮਾ ਮੱਖੀ ਨਰ ਹੁੰਦੀ ਹੈ ਜਾਂ ਮਾਦਾ ਮਾਦਾ ਕਾਮਾ ਮੰਦੀ ਮੱਖੀ ਜਿਹੜੀ ਹੁੰਦੀ ਹੈ ਮਾਦਾ ਹੁੰਦੀ ਹੈ ਕੁਟੰਬ ਵਿਚਲੀ ਰਾਣੀ ਮੱਖੀ ਕਿੰਨੇ ਦਿਨ ਬਾਅਦ ਨਵੀਂ ਰਾਣੀ ਨਾਲ ਬਦਲ ਦੇਣੀ ਚਾਹੀਦੀ ਹੈ ਹਰ ਸਾਲ ਸ਼ਹਿਰ ਮੱਖੀ ਦੀਆਂ ਦੋ ਜੰਗਲੀ ਕਿਸਮਾਂ ਦਾ ਸੋ ਡੂੰਣਾ ਤੇ ਛੋਟੀ ਮੱਖੀ ਠੀਕ ਹੈ ਜੀ ਸ਼ਹਿਰ ਮੱਖੀ ਦੀ ਜੰਗਲੀ ਕਿਸਮਾਂ ਬੜੇ ਗੁੱਸੇ ਵਾਲੀ ਹੁੰਦੀਆਂ ਦੂਮਣਾ ਨਰ ਮੱਖੀਆਂ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਡਰੋਨ ਮੱਖੀ ਨਰ ਮੱਖੀ ਨੂੰ ਕੀ ਕਹਿੰਦੇ ਆ ਡਰੋਨ ਮੱਖੀ ਕਿਹੜੀ ਡਰੋਨ ਵਧੇਰੇ ਮੁਨਾਫੇ ਲਈ ਕਿੰਨੇ ਛੱਤੇ ਸ਼ਹਿਦ ਮੱਖੀਆਂ ਦੇ ਪ੍ਰਾਪਤ ਪ੍ਰਤੀ ਕੁਟੰਬ ਨਾਲ ਕੀਤਾ ਸ਼ੁਰੂ ਕੀਤਾ ਜਾ ਸਕਦਾ ਹੈ ਮਤਲਬ ਕੀਤਾ ਕਿੰਨੇ ਮਤਲਬ ਸ਼ੁਰੂ ਕੀਤਾ ਜਾ ਸਕਦਾ ਕਿਤਰਾ ਮਤਲਬ ਹੁੰਦਾ ਕੰਮ ਕਿੰਨੇ ਪ੍ਰਤੀ ਨਾਲ ਮੱਖੀਆਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ 8 ਫਰੇਮ ਮੱਖੀਆਂ ਨਾਲ ਕੰਮ ਆਪ ਸ਼ੁਰੂ ਕਰ ਦੇ ਸਕਦੇ ਹਾਂ ਪੰਜਾਬ ਵਿੱਚ ਸ਼ਹਿਦ ਮੱਖੀ ਪਾਲਣ ਸ਼ੁਰੂ ਕਰਨ ਲਈ ਤੁਕ ਮਾਸਮਾ ਕਿਹੜਾ ਹੈ ਫਰਵਰੀ ਮਾਸ ਤੇ ਨਵੰਬਰ ਦਾ ਕੀ ਪੰਜਾਬ ਵਿੱਚ ਸ਼ਾਇਦ ਮੱਖੀ ਪਾਲਣ ਸੰਬੰਧੀ ਸਿਖਲਾਈ ਲਈ ਫੀਸ ਦੇਣੀ ਪੈਂਦੀ ਹੈ ਨਹੀਂ ਕੋਈ ਫੀਸ ਨਹੀਂ ਦੇਣੀ ਪੈਂਦੀ ਸ਼ਾਇਦ ਮੱਖੀ ਪੱਕੇ ਹੋਏ ਸ਼ਾਇਦ ਨੂੰ ਕਿਸ ਚੀਜ਼ ਨਾਲ ਸੀਲ ਕਰਦੀ ਹਨ ਮੋਮ ਨਾਲ ਠੀਕ ਹੈ ਜੀ ਡੂਮਣਾ ਮੱਖੀ ਦੂਮਣਾ ਮੱਖੀ ਆਪਣੇ ਛੱਤੇ ਕਿੱਥੇ ਲਗਾਉਂਦੀਆਂ ਹਨ ਦੂਮਣਾ ਮੱਖੀ ਆਪਣੇ ਛੱਤੇ ਪਾਣੀ ਦੀ ਟੈਂਕੀ ਇਮਾਰਤ ਦੇ ਛੱਜੇ ਟਟਾਣਾ ਦਰਖਤਾਂ ਦੀਆਂ ਮੋਟੀਆਂ ਟਾਹਣੀਆਂ ਉੱਪਰ ਲਾਉਂਦੀਆਂ ਹਨ ਨਵੀਂ ਤੇ ਪੁਰਾਣੀ ਰਾਣੀ ਮੱਖੀ ਦੀ ਕੀ ਬਿਸ਼ਾਨਾ ਨਵੀਂ ਰਾਣੀ ਮੱਖੀ ਗਠੀਲੇ ਸਰੀਰ ਵਾਲੀ ਸੁਨਾਰੇ ਭੂਰੇ ਰੰਗ ਦੀ ਚਮਕੀਲੀ ਅਤੇ ਲੰਬੇ ਪੇਟ ਵਾਲੀ ਹੁੰਦੀ ਹੈ ਉਮਰ ਬਦਨ ਨਾਲ ਰਾਣੀ ਮੱਖੀ ਦਾ ਰੰਗ ਗੂੜਾ ਪੂਰਾ ਤੇ ਫਿਰ ਕਾਲਾ ਹੋ ਪੂਰਾ ਹੋ ਜਾਂਦਾ ਹੈ ਲਾਸਟ ਹੈ ਕੱਚਾ ਸ਼ਾਇਦ ਕਿਉਂ ਨਹੀਂ ਕੱਢਣਾ ਚਾਹੀਦਾ ਕੱਚਾ ਸ਼ਹਿਦ ਜਲਦੀ ਹੀ ਖਰਾਬ ਅਤੇ ਖੱਟਾ ਹੋ ਜਾਂਦਾ ਹੈ ਇਸ ਲਈ ਕੱਚਾ ਸ਼ਹਿਦ ਨਹੀਂ ਕੱਢਣਾ ਚਾਹੀਦਾ ਠੀਕ ਹੈ ਜੀ ਜਲਦੀ ਖਰਾਬ ਹੋ ਜਾਊਗਾ ਤੇ ਖੱਟਾ ਹੋ ਜਾਊਗਾ ਇਸ ਲਈ ਕੱਚਾ ਸ਼ਹਿਦ ਕਦੇ ਨਾ ਕਢੋ ਅੱਗੇ ਆ ਗਿਆ ਬਹੁ ਪਾਂਤੀ ਖੇਤੀ ਦੋ ਤਿੰਨ ਫਸਲਾਂ ਚੱਕਰ ਬਰਨਾਲੀ ਦੀਆਂ ਇੱਕ ਉਦਾਹਰਨ ਦਿਓ ਆਲੂ ਮੱਕੀ ਆਲੂ ਮੂੰਗੀ ਮੂੰਗਫਲੀ ਆਲੂ ਬਾਜਰਾ ਅਗਲਾ ਨੀਂਹ ਪਹਾੜੀ ਇਲਾਕੇ ਵਿੱਚ ਕਿਹੜੀ ਫਸਲ ਚੱਕਰ ਅਪਣਾਇਆ ਜਾਂਦਾ ਹੈ ਝੋਨਾ ਦੇ ਕਣਕ ਹਵਾ ਵਿਚ ਲਈ ਨਾਈਟrogen ਨੂੰ ਬੂਟੇ ਦੀਆਂ ਜੜਾਂ ਵਿੱਚ ਜਮਾ ਕਰਨ ਲਈ ਕਿਹੜਾ ਬੈਕਟੀਰੀਆ ਕੰਮ ਕਰਦਾ ਹੈ ਦੇਖੋ ਇਹ ਬੜਾ ਇੰਪੋਰਟੈਂਟ ਹੈ ਰਾਈਜ਼ੋਬੀਅਮ ਰਾਈ ਜੋਬੀਅਮ ਇਹ ਨੂੰ ਮੈਂ ਰੇਜ਼ ਹੀ ਕਰ ਦਿੰਦਾ ਇੱਥੋਂ ਤੁਸੀਂ ਆਮ ਨਾ ਪੜ੍ਹ ਲੋਗੇ ਓਹ ਇੱਕ ਸੈਕਿੰਡ ਹਾਂ ਆਹ ਦੇਖ ਲਓ ਹੁਣ ਰਾਈਜ਼ੋਬੀਅਮ ਠੀਕ ਹੈ ਇਸ ਪਹਿਲੇ ਦੇਖ ਲੈਣਾ ਜੰਤਰ ਬਾਸਮਤੀ ਕਣਕ ਫਸਲੀ ਚੱਕਰ ਕਿਸ ਖਾਦ ਦੀ ਬਚਤ ਹੁੰਦੀ ਹੈ ਨਾਈਟrogen ਖਾਦ ਦੀ ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਚਾਈ ਅਧੀਨ ਹੈ 98% ਪੰਜਾਬ ਵਿੱਚ ਟਿਊਬਵਲ ਦੀ ਗਿਣਤੀ ਕਿੰਨੀ ਹੈ 14 ਲੱਖ ਦੇ ਲਗਭਗ ਕਿੰਨੇ ਹੀ 14 ਲੱਖ ਦੇ ਲਗਭਗ ਅੱਗੇ ਆ ਜਾਓ ਤੇ ਤੇ ਕਿ ਬਨਸਪਤੀ ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦਬਣੀ ਚਾਹੀਦੀ ਹੈ ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ ਦੱਖਣ ਪਛਮੀ ਖੇਤਰ ਵਿੱਚ ਪ੍ਰਮੁੱਖ ਫਸਲੀ ਚੱਕਰ ਕਿਹੜਾ ਹੈ ਨਰਮਾ ਕਪਾਹ ਕਣਕ ਝੋਨਾ ਬੀਜ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ ਲਗਭਗ 75 ਸੈਂਟੀਮੀਟਰ ਪੰਜਾਬ ਨੂੰ ਕਿਹੜੀ ਫਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ਦਾਲਾਂ ਤੇਲ ਤੇਲ ਬੀਜ ਦੀਆਂ ਹਨਾ ਜਿਹੜੇ ਤੇਲ ਅੱਜ ਕੱਲ ਉਹ ਜਿਹੜੇ ਚਪਚਪ ਖਾਣਦੇ ਉਹ ਪਾਲਮੋਇਲ ਜਣੀ ਹੁੰਦਾ ਬੋਡੀ ਲਈ ਬੜਾ ਹਾਨੀਕਾਰਕ ਹੁੰਦਾ ਕੋਸ਼ਿਸ਼ ਕਰਿਆ ਕਰੋ ਪਾਲਮੋਇਲ ਤੋਂ ਜਿੰਨਾ ਕੋ ਹੋ ਸਕੇ ਬਚਿਆ ਜਾ ਸਕਦਾ ਹੋਵੇ ਹਨਾ ਅੱਗੇ ਦੇਖਦੇ ਆ ਇਹ ਹੋਲੀ ਗਾਨੂ ਹੋ ਗਿਆ ਚਲੋ ਪਾਣੀ ਦੇ ਘਾਟ ਵਾਲੀ ਜ਼ਮੀਨ ਵਿੱਚ ਕਿਹੜੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ ਤੇਲ ਵਾਲੀਆਂ ਫਸਲਾਂ ਚਾਰੇ ਆਧਾਰਿਤ ਫਸਲੀ ਚੱਕਰ ਦੇ ਨਾਮ ਲਿਖੋ ਮੱਕੀ ਬਰਸੀਨ ਬਾਜਰਾ ਮੱਕੀ ਬਰਸੀਨ ਮੱਕੀ ਜਾਂ ਰਵਾਹ ਕੇਂਦਰੀ ਪੰਜਾਬ ਵਿੱਚ ਝੋਨਾ ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ ਮੱਕੀ ਝੋਨਾ ਆਲੂ ਮਟਰ ਗੰਨਾ ਬਾਸਮਤੀ ਮਸੂਰੀ ਜਮੁਖੀ ਖਰਬੂਜਾ ਮਿਰਚਾਂ ਤੇ ਹੋਰ ਸਬਜ਼ੀਆਂ ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫਸਲਾਂ ਦੇ ਨਾਮ ਲਿਖੋ ਕਣਕ ਮੱਕੀ ਝੋਨਾ ਬਾਸਮਤੀ ਆਲੂ ਤੇਲ ਬੀਜ ਫਸਲਾਂ ਅਤੇ ਮਟਰ ਠੀਕ ਹੈ ਜੀ ਐਤ ਤੱਕ ਸਾਨੂੰ ਕਲੀਅਰ ਹੋ ਗਿਆ ਹੋਊਗਾ ਅੱਗੇ ਆਜੋ ਪਾਰ ਦੇ ਵਿੱਚ ਜੈਵਿਕ ਮਿਆਰ ਕਿਸ ਸਾਲ ਬਣਾਏ ਗਏ 2004 ਦੇ ਵਿੱਚ ਕਿਸ ਇੱਕ ਜੈਵਿਕ ਕੀਟਨਾਸ਼ਕ ਦਾ ਨਾਮ ਲਖੋ ਬੀਟੀ ਜੈਵਿਕ ਖੇਤੀ ਵਿੱਚ ਕਿਸ ਤਰ੍ਹਾਂ ਦੀਆਂ ਫਸਲਾਂ ਨੂੰ ਅੰਤਰ ਫਸਲ ਵਜੋਂ ਵਰਤਿਆ ਗਿਆ ਹੈ ਫਲੀਦਾਰ ਫਸਲਾਂ ਨੂੰ ਜੈਵਿਕ ਖੇਤਾਂ ਵਿੱਚ ਫਸਲ ਨੂੰ ਰਹਿਣ ਖੂਨ ਨੂੰ ਸਾੜਿਆ ਜਾ ਸਕਦਾ ਹੈ ਜਾਂ ਨਹੀਂ ਨਹੀਂ ਸਾੜਿਆ ਜਾ ਸਕਦਾ ਨੈਸ਼ਨਲ ਸੈਂਟਰ ਫਾਰ ਆਰਗੈਨਿਕ ਫਾਰਮਿੰਗ ਕਿੱਥੇ ਹੈ ਗਾਜ਼ੀਆਬਾਦ ਦੇ ਵਿੱਚ ਕਿੱਥੇ ਆ ਭਾਈ ਗਾਜ਼ੀਆਬਾਦ ਦੇ ਵਿੱਚ ਪੁਰਾਣੀ ਕਹਾਵਤ ਅਨੁਸਾਰ ਖੇਤ ਵਿੱਚ ਕਿਹੜੀ ਚੀਜ਼ ਦੀ ਵਰਤੋਂ ਨੂੰ ਨਹੀਂ ਭੁੱਲਣਾ ਚਾਹੀਦਾ ਕਣਕ ਕਮਾਦ ਤੇ ਛੱਲੀਆਂ ਬਾਕੀ ਫਸਲਾਂ ਕੁੱਲ ਰੂੜੀ ਬਾਂਜ ਨਾ ਹੁੰਦੀਆਂ ਵੇਖੀ ਨਾ ਜਾਈਂ ਭੁੱਲ ਰੂੜੀ ਨੂੰ ਨਹੀਂ ਭੁੱਲਣਾ ਠੀਕ ਆ ਜੈਵਿਕ ਖੇਤੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ ਆਰਗੈਨਿਕ ਫਾਰਮਿਕ ਜੈਵਿਕ ਖੇਤੀ ਵਿੱਚ ਬੀਟੀ ਫਸਲਾਂ ਨੂੰ ਲਾਇਆ ਜਾ ਸਕਦਾ ਹੈ ਨਹੀਂ ਲਾਇਆ ਜਾ ਸਕਦਾ ਬੀਟੀ ਦੀਆਂ ਕਿਸਮਾਂ ਦੀ ਮਨਾਹੀ ਹੈ ਕਿਸੇ ਇੱਕ ਜੈਵਿਕ ਉਲੀ ਨਾਸ਼ਕ ਦਾ ਨਾਮ ਲਿਖੋ ਪੈਰਾਈ ਕੋਡਰਮਾ ਜੈਵਿਕ ਖੇਤੀ ਬਾਰੇ ਇੰਟਰਨੈਟ ਦੀ ਕਿਸ ਸਾਈਡ ਤੋਂ ਜਾਣਕਾਰੀ ਲਈ ਜਾ ਸਕਦੀ ਹੈ apida.gov.in ਐਮਪਾਰ ਦੇ ਜੈਵਿਕ ਖੇਤੀ ਲਈ ਕਿਹੜੇ-ਕਿਹੜੇ ਇਲਾਕੇ ਜ਼ਿਆਦਾ ਠੁਕਮੇ ਹਨ ਇਹ ਕਿਹੜੇ ਹਨ ਅ ਅਜਿਹੇ ਇਲਾਕੇ ਜਿਹੜੇ ਕੁਦਰਤੀ ਤੌਰ ਤੇ ਜੈਵਿਕ ਖਾਨਾ ਤੇ ਉਸਦੇ ਬਹੁਤ ਨੇੜੇ ਹਨ ਉੱਥੇ ਜੈਵਿਕ ਖੇਤੀ ਨੂੰ ਉਜਾਹਿਰ ਕੀਤਾ ਜਾਣਾ ਚਾਹੀਦਾ ਹੈ ਜੈਵਿਕ ਖਾਦਾਂ ਪਦਾਰਥਾਂ ਦੀ ਮੰਗ ਕਿਹੜੇ ਦੇਸ਼ਾਂ ਵਿੱਚ ਵਧੇਰੀ ਹੈ ਅਮਰੀਕਾ ਜਮਾਨ ਯੂਰਪ ਦੇਸ਼ਾਂ ਵਿੱਚ ਜੈਵਿਕ ਖਾਦਾਂ ਦੀ ਵਧੇਰੀ ਮੰਗ ਹੈ ਠੀਕ ਹੈ ਜੀ ਜੈਵਿਕ ਅੱਗੇ ਆਜੋ ਖੇਤੀ ਮਸ਼ੀਨਰੀਆ ਤੇ ਉਸ ਦੇ ਸਾਂਭ ਸੰਭਾਲ ਸਾਡੀ ਖੇਤੀ ਮਸ਼ੀਨਰੀ ਦੀ ਦਾ ਮੁੱਖ ਮੁੱਖੀ ਕਿਸ ਨੂੰ ਮੰਨਿਆ ਜਾਂਦਾ ਹੈ ਟਰੈਕਟਰ ਨੂੰ ਚਲੋ 10 ਟਾਰ ਘੰਟੇ ਦੀ ਹੋ ਗਈ ਆ ਕੋਈ ਚੱਕਰ ਨਹੀਂ 22 ਘੰਟੇ ਤੱਕ ਆਪਣੇ ਸਾਰੇ ਕੁਸ਼ਨ ਨਿਬੇੜ ਦਾਂਗੇ ਸਾਡੀ ਖੇਤੀ ਮਸ਼ੀਨਰੀ ਦਾ ਮੁੱਖੀ ਕਿਸ ਨੂੰ ਮੰਨਿਆ ਗਿਆ ਹੈ ਟਰੈਕਟਰ ਨੂੰ ਉਹ ਕਿਹੜੀਆਂ ਮਸ਼ੀਨਾਂ ਹਨ ਜਿਨ੍ਹਾਂ ਦੀ ਸ਼ਕਤੀ ਸਰੋਤ ਮਸ਼ੀਨ ਦਾ ਹੀ ਹਿੱਸਾ ਹੈ ਟਰੈਕਟਰ ਇੰਜਨ ਮੋਟਰ ਆਦਿ ਕਾਰਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾ ਕਿਹੜੇ ਗিয়ার ਵਿੱਚ ਖੜਾ ਕਰਨਾ ਚਾਹੀਦਾ ਹੈ ਨਿਊਟਰਲ ਵਿੱਚ ਇਹ ਇੰਪੋਰਟੈਂਟ ਆ ਤੁਹਾਨੂੰ ਕਹੂਗਾ ਨਿਊਟਰਲ ਜਿਹੜੀ ਚੌਥੇ ਗিয়ার ਚ ਨਿਊਟਰਲ ਦੇ ਵਿੱਚ ਇਹ ਇੰਪੋਰਟੈਂਟ ਆ ਭਾਈ ਯਾਦ ਰੱਖਿਓ ਨਿਊਟਰਲ ਗিয়ার ਦੇ ਵਿੱਚ ਬਿਚ ਆਈ ਵਾਲੀ ਮਸ਼ੀਨਾਂ ਵਿੱਚ ਬੀਜ ਖਾਦ ਕੱਢ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ਪੁਰਾਣੇ ਤੇਲ ਦਾ ਲੇਪ ਕਰਨਾ ਚਾਹੀਦਾ ਹੈ ਮਿੱਟੀ ਨਾਲ ਚੱਲਣ ਵਾਲੀਆਂ ਮਿੱਟੀ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਤੇ ਪੁਰਜੀਲ ਨੂੰ ਜੰਗ ਗਾਲ ਤੋਂ ਬਚਾਉਣ ਲਈ ਕੀ ਕਰੋਗੇ ਗਰੀਜ਼ ਜਾਂ ਪੁਰਾਣੇ ਤੇਲ ਦਾ ਲੇਪ ਕਰਨਾ ਚਾਹੀਦਾ ਹੈ ਠੀਕ ਹੈ ਜੀ ਟਰੈਕਟਰ ਦੀ ਬੈਟਰੀ ਟਰਮੀਨਲ ਨੂੰ ਸਾਫ਼ ਕਰਕੇ ਕਿਸ ਚੀਜ਼ ਦਾ ਲਿਪ ਕਰਨਾ ਚਾਹੀਦਾ ਹੈ ਪੈਟਰੋਲੀਅਮ ਜੈਲੀ ਦਾ ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਕਿਸ ਚੀਜ਼ ਵਿੱਚ ਲੱਗਦੀ ਹੈ ਖੇਤੀਬਾੜੀ ਨਾਲ ਸੰਬੰਧੀ ਮਸ਼ੀਨਰੀ ਵਿੱਚ ਟਰੈਕਟਰ ਨਾਲ ਚੱਲਣ ਵਾਲੀਆਂ ਤਿੰਨ ਮਸ਼ੀਨਾਂ ਦੇ ਨਾਂ ਲਿਖੋ ਕਲਟੀਵੇਟਰ ਤਵੀਆਂ ਸੀਡਰਲ ਟਰੈਕਟਰ ਓਵਰਹਾਲਿੰਗ ਕਦੋਂ ਕੀਤੀ ਜਾਂਦੀ ਹੈ 4000 ਕੰਟੇਨਰ ਸਮ ਲੈਣ ਤੋਂ ਬਾਅਦ ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਦੀ ਖਾਲੀ ਕਰਕੇ ਕਿਉਂ ਚਲਾਉਣਾ ਚਾਹੀਦਾ ਹੈ ਇਸ ਤਰ੍ਹਾਂ ਪਾਈਪ ਵਿੱਚ ਰਹਿ ਗਿਆ ਪਾਣੀ ਨਿਕਲ ਜਾਂਦਾ ਹੈ ਠੀਕ ਹੈ ਜੀ ਚਲੋ ਜਿਆਦਾ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਵੀਡੀਓ ਨੂੰ ਹਰ ਤੱਕ ਲਾਈਕ ਨਹੀਂ ਕੀਤਾ ਤਾਂ ਬੱਚੇ ਲਾਈਕ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਚਲੋ ਸਟਾਰਟ ਕਰਦੇ ਹਾਂ ਅਗਲਾ ਜੇਕਰ ਟਰੈਕਟਰ ਨੂੰ ਲੰਬੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਟਾਇਰਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ਟਰੈਕਟਰ ਜੇਕਰ ਟਰੈਕਟਰ ਨੂੰ ਲੰਬੇ ਸਮੇਂ ਲਈ ਖੜਾ ਕਰਨਾ ਹੈ ਤਾਂ ਟਰੈਕਟਰ ਨੂੰ ਲੱਕੜ ਦੇ ਗੁੜਕਿਆਂ ਉੱਪਰ ਚੁੱਕ ਦਿਓ ਤਾਂ ਜੋ ਟਾਇਰ ਉੱਪਰ ਦਬਾਅ ਨਾ ਰਹੇ ਅਤੇ ਟਾਇਰ ਵਿੱਚ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ ਟਰੈਕਟਰ ਨੂੰ ਲੰਬੇ ਲੰਬੇ ਸਮੇਂ ਵਿੱਚ ਸਟੋਰ ਕਰਨ ਵਾਲੀ ਬੈਟਰੀ ਦੀ ਸੰਭਾਲ ਕਰਨ ਲਈ ਕੀ ਕਰਨਾ ਚਾਹੀਦਾ ਹੈ ਟਰੈਕਟਰ ਨੂੰ ਲੰਬੇ ਸਮੇਂ ਲਈ ਥੱਲਣ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ ਕਰਦੇ ਰਹਿਣਾ ਚਾਹੀਦਾ ਹੈ ਟਰੈਕਟਰ ਦੀ ਧੂਏ ਵਾਲੀ ਪਾਈ ਪਤੇ ਕ੍ਰੈਕ ਕੇਸ ਦੀ ਸੰਭਾਲ ਬਾਰੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਧੂਏ ਵਾਲੀ ਪਾਈ ਪਤੇ ਕ੍ਰੈਕ ਕੇਸ ਦੇ ਮੂੰਹ ਤੇ ਟੱਕ ਨਹੀਂ ਹੈ ਤਾਂ ਕਿਸੇ ਕਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਕਿ ਨਮੀ ਅੰਦਰ ਨਾ ਜਾ ਸਕੇ ਠੀਕ ਹੈ ਜੀ ਸੈਕੰਡ ਲਾ ਚੈਪਟਰ ਫਲਾਂ ਤੇ ਸਬਜ਼ੀਆਂ ਠੀਕ ਹੈ ਜੀ ਪਿਆਜ਼ ਨੂੰ ਸ਼ੀਤ ਭੰਡਾਰ ਕਰਨ ਲਈ ਕਿੰਨਾ ਨਮੀ ਦੀ ਜਰੂਰਤ ਹੁੰਦੀ ਹੈ 65 ਤੋਂ 70% ਉਪਜ ਦਾਟੋਟ ਵਟ ਵਾਈ ਦੌਰਾਨ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ ਹੈ ਟਰੱਕ ਦੀ ਫਰਸ਼ ਤੇ ਪਰਾਲੀ ਦੀ ਤਹਿ ਵਿਛਾਉਣੀ ਚਾਹੀਦੀ ਹੈ ਉਪਰ ਉੱਪਰ ਕਿਸੇ ਵੀ ਤਰ੍ਹਾਂ ਦਾ ਭਾਰ ਨਹੀਂ ਪਾਉਣਾ ਚਾਹੀਦਾ ਫਲਾਂ ਨੂੰ ਪਕਾਉਣ ਤੇ ਅੰਤਰਰਾਸ਼ਟਰੀ ਪੱਧਰ ਦੀ ਮਨਜ਼ੂਰੀ ਤਕਨੀਕ ਦਾ ਨਾਮ ਦੱਸੋ ਇਥੀਲੀਨ ਗੈਸ ਨਾਲ ਬੱਚੇ ਆ ਪੁੱਛਿਆ ਜਾਂਦਾ ਕਿ ਫਲਾਂ ਨੂੰ ਪਕਾਉਣ ਦੇ ਲਈ ਕਿਹੜੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਇਥੀਲੀਨ ਗੈਸ ਦੀ ਕਿਹੜੀ ਜੀ ਇਥੀਲੀਨ ਆ ਜੋ ਜੀ ਅ ਇੱਕ ਸੈਕਿੰਡ ਇੱਕ ਆ ਰਿਹਾ ਜੇ ਕਰ ਦਿਆਂ ਨੂੰ ਠੀਕ ਹੈ ਜੀ ਇਥੀਲੀਨ ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ ਬਿਫ੍ਰੈਕਟੋਮੀਟਰ ਯੰਤਰ ਕਿਸ ਮਾਪਦੰਡ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ਮਿਠਾਸ ਦੀ ਮਾਤਰਾ ਨੂੰ ਮਾਪਣ ਲਈ ਠੀਕ ਹੈ ਜੀ ਯੰਤਰ ਯਾਦ ਰੱਖਣਾ ਅਗਲਾ ਪਦ ਅਤੇ ਸਬਜ਼ੀਆਂ ਦੀ ਨਿਗਰਤਾ ਕਿਸ ਯੰਤਰ ਨਾਲ ਮਾਪੀ ਜਾਂਦੀ ਹੈ ਨਿਗਰਤਾ ਮਾਪਣ ਦਾ ਯੰਤਰ ਹੈ ਪੈਂਟ੍ਰੋਮੀਟਰ ਠੀਕ ਹੈ ਜੀ ਅੱਗੇ ਆਜੋ ਹੂੰ ਕਿੰਨੇ ਪ੍ਰਤੀਸ਼ਤ ਫਸਲਾਂ ਦੀ ਪੈਦਾਵਾਰ ਮੰਡੀਆਂ ਵਿੱਚ ਪਹੁੰਚਾਉਣ ਤੋਂ ਪਹਿਲਾਂ ਹੀ ਖਰਾਬ ਹੋ ਜਾਂਦੀ ਹੈ 25 ਤੋਂ 30% ਦੇਖੋ ਕਿਸਾਨਾਂ ਦਾ ਪਹਿਲਾਂ ਹੀ 25 ਤੋਂ 30% ਦਾ ਨੁਕਸਾਨ ਹੀ ਹੋ ਜਾਂਦਾ ਸ਼ੀਤ ਪੰਡਾਰ ਕਰਨ ਕਰਨ ਲਈ ਆਲੂ ਅਤੇ ਕੀਨੂ ਨੂੰ ਕਿੰਨੇ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਆਲੂ ਨੂੰ 1 ਤੋਂ 2 ਡਿਗਰੀ ਅਤੇ ਕੀਨੂ ਨੂੰ 4 ਤੋਂ 6 ਡਿਗਰੀ ਕਿਹੜੀਆਂ ਫਸਲਾਂ ਵਿੱਚ ਮਠਾਸ ਖਟਾਸ ਅਨੁਪਾਦ ਦੇ ਆਧਾਰ ਤੇ ਪੱਕਣ ਦੀ ਅਵਸਥਾ ਨੂੰ ਪਛਾਣਿਆ ਜਾਂਦਾ ਹੈ ਅੰਗੂਰ ਨਿੰਬੂ ਜਾਤੀ ਦੇ ਫਸਲਾਂ ਜਿਵੇਂ ਸੰਗਤਰਾ ਤੇ ਕੀਨੂ ਚੀਕ ਜੀ ਫਲਾਂ ਨੂੰ ਪਕਾਉਣ ਲਈ ਵਰਤੇ ਜਾਣ ਵਾਲੇ ਹਾਨੀਕਾਰਕ ਰਸਾਇਣ ਦਾ ਨਾਮ ਲਿਖੋ ਕੈਲਸ਼ੀਅਮ ਕਾਰਬਾਇਡ ਮੋਮ ਦੀ ਤੈਹ ਕਿਸ ਫਲਾਂ ਤੇ ਚੜਾਈ ਜਾਂਦੀ ਹੈ ਮੋਮ ਦੀ ਜਿਹੜੀ ਤੈਹ ਚੜਾਈ ਜਾਂਦੀ ਹੈ ਆ ਕਿਥੇ ਆਗੇ ਹਾਂ 1 ਸੈਕਿੰਡ ਹੋੱਚੇ ਹੂੰ ਮੋਮ ਦੀ ਤੈ ਕਿਹੜੇ ਫਲਾਂ ਤੇ ਚੜਾਈ ਜਾਂਦੀ ਹੈ ਨਿੰਬੂ ਜਾਤੀ ਦੇ ਫਲਾਂ ਜਿਵੇਂ ਕਿ ਕੀਨੂ ਠੀਕ ਹੈ ਜੀ ਸੇਬ ਤੇ ਨਾਸ਼ਪਤੀ ਦੇ ਉੱਤੇ ਚੜਾਈ ਜਾਂਦੀ ਹੈ ਹੁਣ ਕਿ ਨੂੰ ਤਾਂ ਚਲੋ ਛਿਲਕਾ ਲਾ ਕੇ ਖਾ ਲੋਂਗੇ ਸੇਬ ਤੇ ਨਾਸ਼ਪਤੀ ਦਾ ਕੀ ਕਰੋਂਗੇ ਬੱਚੇ ਹਮੇਸ਼ਾ ਨੂੰ ਗਰਮ ਪਾਣੀ ਦੇ ਵਿੱਚ ਪਹਿਲਾਂ ਭਿਉਂਦਿਆ ਕਰੋ ਉਸ ਤੋਂ ਬਾਅਦ ਹੀ ਇਹਦਾ ਵਰਤੋਂ ਕਰਨੀ ਚਾਹੀਦੀ ਹੈ ਠੀਕ ਹੈ ਬੱਚਾ ਅਗਲੇ ਆਜੋ ਵਪਾਰਿਕ ਪਦਰਤੇ ਫਲਾਂ ਸਬਜ਼ੀਆਂ ਦੀ ਦਰਜਾਬੰਦੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਵਪਾਰਿਕ ਪਦਰਤੇ ਫਲਾਂ ਸਬਜ਼ੀਆਂ ਦਾ ਆਕਾਰ ਭਾਰ ਮਾਪਣ ਲਈ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਿਹੜੇ ਫਲਾਂ ਨੂੰ ਜਿਹਦੇ ਲਈ ਗੈਸ ਨਾਲ ਪਕਾਇਆ ਜਾ ਸਕਦਾ ਹੈ ਕੇਲਾ ਨਾਸ਼ਪਤੀ ਟਮਾਟਰ ਆਦੀ ਫਲਾਂ ਨੂੰ ਜਿਹਦੇ ਗੈਸ ਨਾਲ ਪਕਾਇਆ ਜਾਂਦਾ ਹੈ ਜਿਆਦਾ ਮਹਿੰਗੀਆਂ ਉਪਜਾਂ ਲਈ ਕਿਹੜੇ ਡ ਜਿਵੇਂ ਧਿਆਰਾ ਮਹਿੰਗੀਆਂ ਉਪਜਾ ਜਿਵੇਂ ਸੇਬ ਅੰਬ ਅੰਗੂਰ ਕੀਨੂ ਆੜੂ ਲੀਚੀ ਆਦਿ ਗੱਤੇ ਡੱਬਿਆਂ ਦੇ ਵਿੱਚ ਪੈਕ ਕੀਤੇ ਜਾਂਦੇ ਹਨ ਠੀਕ ਹੈ ਜੀ ਅੱਗੇ ਆਜੋ ਅਗਲਾ ਚੈਪਟਰ ਸਾਡੇ ਕੋਲ ਸਟਾਰਟ ਹੁੰਦਾ ਹੈ ਫਲਾਂ ਅਤੇ ਸਬਜ਼ੀਆਂ ਦੇ ਤੋਂ ਪਦਾਰਥ ਬਣਾਉਣਾ ਭਾਰਤ ਵਿੱਚ ਫਲਾਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ 320 ਲੱਖ ਟਨ ਭਾਰਤ ਵਿੱਚ ਸਬਜ਼ੀਆਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ 700 ਲੱਖ ਟਨ ਠੀਕ ਹੈ ਜੀ ਲਗਭਗ ਡਬਲ ਹੀ ਹੋ ਗਿਆ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ਭਾਰਤ ਦਾ ਫਲਾਂ ਤੇ ਸਬਜ਼ੀਆਂ ਦਾ ਪੈਦਾਵਾਰ ਦੇ ਹਿਸਾਬ ਨਾਲ ਦੁਨੀਆ ਦਾ ਦੂਸਰਾ ਸਥਾਨ ਹੈ ਪੰਜਾਬ ਵਿੱਚ ਸਬਜ਼ੀਆਂ ਦੀ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਅਤੇ ਇਸ ਦੀ ਕਾਸਟ ਹੇਠਾਂ ਰਕਬਾ 203.7 ਹੈ ਠੀਕ ਹੈ ਜੀ ਨੈਕਸਟ ਪੰਜਾਬ ਵਿੱਚ ਫਲਾਂ ਦੀ ਸਾਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ਪਲਾਂ ਦੀ ਪੈਦਾਵਾਰ 15.41 ਲੱਖ ਟਨ ਅਤੇ ਇਹਨਾਂ ਦੀ ਕਾਸਤ ਰਕਬਾ 76.5 ਹਜ਼ਾਰ ਹੈਕਟਾਰ ਔਲਾ ਦਾ ਮਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ 2% ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ ਨਿੰਬੂ ਦਾ achar ਵਿੱਚ ਕਿੰਨੇ ਪ੍ਰਤੀਸ਼ਤ ਲੂਣ ਹੁੰਦਾ ਹੈ 1/5 ਹਿੱਸਾ ਯਾਨੀ ਕਿ 20% ਲੂਣ ਹੁੰਦਾ ਹੈ ਆਮਬ ਦਾ ਸ਼ਰਬਤ ਵਿੱਚ ਕਿਹੜੇ ਪ੍ਰिजर्वेटिव ਕਿੰਨੀ ਮਾਤਰਾ ਵਿੱਚ ਵਿੱਚ ਪੈਂਦਾ ਹੈ 1 ਕਿਲੋ ਆਮਬ ਦੇ ਗੁੱਦੇ ਵਿੱਚ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈ ਸਲਫੇਟ ਪ੍ਰিজਰਵੇਟਿਵ ਆ ਜਾਂਦਾ ਹੈ ਟਮਾਟਰ ਦੀ ਚਟਨੀ ਵਿੱਚ ਕਿੰਨਾ ਪ੍ਰিজਰਵੇਟਿਵ ਕਿੰਨੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਸੋਡੀਅਮ ਬੈਂਜ਼ੋਨੇਟ ਸੋਡੀਅਮ ਬੈਂਜ਼ੋਨੇਟ ਕਿੰਨਾ 700 ਗ੍ਰਾਮ 1 ਕਿਲੋ ਦੇ ਹਿਸਾਬ ਨਾਲ ਪੰਜਾਬ ਦਾ ਮੁੱਖ ਫਲ ਦਾ ਨਾਮ ਲਿਖੋ ਪੰਜਾਬ ਵਿੱਚ ਕਿਹਨੂ ਦੀ ਕਾ ਸਭ ਤੋਂ ਫਲਾਂ ਤੋਂ ਸਭ ਤੋਂ ਬਾਦ ਹੁੰਦੀ ਹੈ ਇਸ ਵਿੱਚ ਮੁੱਖ ਫਲ ਕੀ ਨੂੰ ਹੈ ਸਬਜ਼ੀਆਂ ਅਤੇ ਫਲਾਂ ਦੇ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ਸਬਜ਼ੀਆਂ ਤੇ ਫਲਾਂ ਤੋਂ ਵੱਖ-ਵੱਖ ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ ਜਿਵੇਂ ਸ਼ਰਬਤ ਠੀਕ ਹੈ ਸਕੁਆਸ਼ ਅਚਾਰ ਰਸ ਮਰਬਾ ਚਟਨੀ ਆਦਿ ਸਬਜ਼ੀਆਂ ਤੇ ਫਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਆਮ ਕਰਕੇ 50 ਤੋਂ 70 ਡਿਗਰੀ ਸੈਲਸੀਅਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਸ਼ੁਰੂ ਵਿੱਚ ਵਿੱਚ ਸੁਕਾਉਣ ਲਈ 70 ਡਿਗਰੀ ਅਤੇ ਅੰਤਿਮ ਵਿੱਚ 50 ਡਿਗਰੀ ਤਾਪਮਾਨ ਰੱਖਿਆ ਜਾਂਦਾ ਹੈ ਠੀਕ ਹੈ ਜੀ ਭਾਰਤ ਵਿੱਚ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ਭਾਰਤ ਦੀ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਇੱਕ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੀ ਮੌਸਮੀ ਹਾਲਾਤ ਹੋਣ ਕਰਕੇ ਇਹਨਾਂ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ ਠੀਕ ਹੈ ਜੀ ਉਹ ਪਤਾ ਨੂੰ ਇੱਥੇ ਸਾਰੇ ਕੁਐਸਚਨ ਕਲੀਅਰ ਹੋ ਗਏ ਹੋਣਗੇ ਠੀਕ ਹੈ ਜੀ ਇੱਥੇ ਸਾਡੇ 2 ਮਾਰਕਸ ਵਾਲੇ ਕੁਐਸਚਨ ਹੁੰਦੇ ਆ ਫਿਨਿਸ਼ ਠੀਕ ਹੈ ਜੀ ਜਿੰਨੇ ਵੀ ਸਾਡੇ ਕੋਲ 2 ਮਾਰਕਸ ਦੇ ਇਥੋਂ ਕੁਐਸਚਨ ਹੋਣੇ ਸੀਗੇ 2 ਮਾਰਕਸ ਇਥੋਂ ਹੀ ਸਾਡੇ ਕੋਲ ਜਿੰਨੇ ਕੁਐਸਚਨ ਬਣਨਗੇ ਉਹ ਸਾਰੇ 2 ਮਾਰਕਸ ਦੇ ਇੱਥੇ ਸਾਡੇ ਕੋਲ ਫਿਨਿਸ਼ ਹੁੰਦੇ ਨੇ ਠੀਕ ਹੈ ਜੀ 2 ਮਾਰਕਸ ਦੇ ਕਿੰਨੇ ਕੁਐਸਚਨ ਆਣੇ ਨੇ ਦੇਖੋ ਠੀਕ ਹੈ ਜੀ ਤਾਂ ਕੋਸ਼ਿਸ਼ ਕਰੋ ਇਹਨਾਂ ਨੂੰ ਚੰਗੇ ਤਰੀਕੇ ਨਾਲ ਰਿਵਾਈਜ਼ ਕਰੋ ਕੁਸ਼ਚਨ ਸਾਰੇ ਕੰਪਲੀਟ ਕਰੋ ਆਪਣੇ ਠੀਕ ਹੈ ਅੱਛਾ ਤੇ ਉਸ ਤੋਂ ਬਾਅਦ ਆਪਣਾ ਹੁਣ ਭਾਗ ਤੀਜਾ ਸਟਾਰਟ ਹੋਣਾ ਜਿੱਥੇ ਆਪਾਂ 4 4 ਨੰਬਰ ਦੇ 4 ਕੁਸ਼ਚਨ ਹੋਣੇ ਆ ਉਹ ਸਟਾਰਟ ਕਰਨੇ ਆ ਬਹੁਤ ਜਲਦੀ ਸਟਾਰਟ ਕਰਾਂਗੇ ਪਹਿਲਾਂ ਤੁਸੀਂ ਆਹ ਵੀਡੀਓ ਨੂੰ ਕੰਪਲੀਟ ਕਰ ਲਓ 2 ਮਾਰਕਸ ਵਾਲੇ ਆਪਣੇ ਚੰਗੇ ਤਰੀਕੇ ਨਾਲ ਦੋ ਤਿੰਨ ਵਾਰ ਵੀਡੀਓ ਨੂੰ ਰਿਵਾਈਜ਼ ਕਰ ਲਓ ਉਸ ਤੋਂ ਬਾਅਦ ਤੁਹਾਨੂੰ 4 ਨੰਬਰ ਵਾਲੀ ਵੀਡੀਓ ਪ੍ਰੋਵਾਈਡ ਕਰ ਦੂੰਗਾ ਠੀਕ ਹੈ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਹਾਲ ਤੱਕ ਲਾਈਕ ਨਹੀਂ ਕੀਤਾ ਲਾਈਕ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸ ਠੀਕ ਹੈ ਜੀ ਆਪਣੇ ਹੋਰ ਭਾਈਪੈਣਾ ਦੋਸਤਾਂ ਨੂੰ ਚੈਨਲ ਸ਼ੇਅਰ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਹੁਣ ਨਵੀਂ ਜਿਹੜਾ ਸੈਸ਼ਨ ਸਟਾਰਟ ਹੋਣਾ ਹੈ ਤਾਂ ਉਹਦੇ ਦੀ ਨਈ ਨਈ ਵੀਡੀਓਜ਼ ਚੈਪਟਰ ਵਾਈਜ਼ ਪ੍ਰੋਵਾਈਡ ਕਰਾਂਦੇ ਰਵਾਂਗੇ ਜਿਹਦੇ ਵਿੱਚ ਤੁਹਾਨੂੰ ਕੁਐਸ਼ਨ ਆਨਸਰ ਤੋਂ ਲੈ ਕੇ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਊਗੀ ਠੀਕ ਹੈ ਜੀ ਉੱਚੇ ਚਲੋ ਮਿਲਦੇ ਆ नेक्स्ट ਪਾਰਟ ਦੇ ਵਿੱਚ ਤਦ ਤੱਕ ਲਈ ਪੜਦੇ ਰਹੋ ਤੇ ਅੱਗੇ ਵਧਦੇ ਰਹੋ